ਕਾਹਦੀ ਸਿੰਮਾਂ ਨੇ ਯਾਰ, ਇਹਨਾਂ ਨੇ ਕੰਪਨੀ ਵਾਲੇ ਨੇ ਨਾ ਪੈਸੇ ਤਾਂ ਇੰਨੇ ਇੰਨੇ ਭਰਾ ਲੈਂਦੇ ਨੇ, ਰੇਂਜ ਆਉਂਦੀ ਹੈ ਨਹੀਂ, ਜਵਾਕਾਂ ਨੇ ਉਹਨਾਂ ਦੀ ਨੰਬਰ ਵੀ ਨਹੀਂ ਲੱਗਦਾ। ਲੱਗ ਗਿਆ ਜਾ ਤਾਂ ਰਹੀ ਹੈ ਪਹਿਲੇ ਜੀ ਚੁੱਕੋ। ਹੈਲੋ, ਕੌਣ ਨੂੰ ਕੌਣ ਬੋਲਦਾ? ਮੈਂ ਬੋਲਦਾ ਤੇਰਾ ਬਾਪ। ਕਿੱਥੇ ਜੇ ਆ ਗਏ? ਬਹੁਤ ਟਾਈਮ ਹੋ ਗਿਆ, ਇੰਨੇ ਚਿਰ 'ਚ ਤਾਂ ਬੰਦਾ ਦਿੱਲੀ ਤੋਂ ਮੁੜ ਆਉਂਦਾ। ਆ ਜਾਓ ਆ ਜਾਓ, ਮੈਂ ਅੱਜ ਸਟੇਸ਼ਨ 'ਤੇ ਹੀ ਖੜਿਆ, ਜੇ ਨਾ ਉਤਰੇ ਫਿਰ ਉੱਥੇ ਹੀ ਕਰੂੰ ਤੁਹਾਡਾ ਥੋੜ੍ਹਾ। ਆ ਜਾਓ ਵੀਰਾ, ਛੇਤੀ ਆ ਜਾਓ, ਮੂਰਤ ਹੈ ਆਪਣੇ ਘਰ ਦਾ ਅੱਜ। ਚੰਗਾ ਪਰਦੇ ਪਾਸੇ ਨਾ ਤੁਰ ਜਾਣਾ। ਉਹ ਤੁਸੀਂ ਉਧਰ ਉਤਰ ਗਏ ਹੋਏ, ਮੈਂ ਤੁਹਾਨੂੰ ਇਧਰ ਹੀ ਡੀਕਦਾ ਰਿਹਾ। ਉਹ ਬਾਪੂ ਉਧਰ ਉਤਰ ਕੇ ਮਰਨਾ ਕੀ ਦੱਸ, ਇੰਨੀ ਨਿਵਾਣ ਆ ਉਧਰ। ਉਹ ਆ ਜਾਓ ਆ ਜਾਓ, ਕੋਈ ਗੱਲ ਨੀ। ਹੋਰ ਠੀਕ ਹੈ? ਹਾਂ ਠੀਕ ਹੈ। ਹੋਰ ਸਭ ਵਧੀਆ? ਠੀਕ ਹੋ? ਹਾਂ ਵਧੀਆ। ਬਹੁਤ ਟਾਈਮ ਲਾਤਾ। ਉਹ ਬਾਪੂ ਪਿੱਛੇ ਕ੍ਰੋਸ ਪੈ ਗਿਆ ਸੀ। ਸਾਰਾ ਦਿਨ ਪੁੱਠਾ ਪੁੱਠਾ ਬੋਲੀ ਤੇਰਾ ਬਾਪ ਹੈ ਮੈਂ ਕੰਜਰਾ। ਤੇਰੇ ਬਹੁਤ ਅੰਗ ਨਿਕਲ, ਤੇਰੇ ਕੀ ਲੱਗ ਨਹੀਂ ਸਕਦੇ ਇਹਦੇ ਬਾਲੇ ਦਾ ਮਿੰਨਾ ਜਾ ਬਾਪੂ ਜੀ, ਹਸੀ ਜਾਊਗਾ ਜਾਂ ਤੇਰੇ ਲੱਗਦੇ ਨੇ ਉਹ ਤੂੰ ਵੀ ਦੇਖਿਆ ਕਰ ਮਾੜਾ ਮੋਟਾ। ਆ ਤੁਰਿਓ ਹੁਣ ਯਾਰ। ਕਿੱਥੇ ਲਿਆ ਫਰਕੀ? ਉਹ ਆ ਜਾਓ ਦੇਖੀਓ, ਬਹੁਤ ਸੋਹਣਾ ਘਰ ਆ ਮੇਰੇ ਬੱਤ ਤੁਹਾਡੇ ਵਾਸਤੇ। ਉਹ ਕਿਹੜੇ ਬੰਗਲੋ ਪਾਏ ਹੋਏ ਨੇ ਤਾਂ ਇੱਥੇ? ਬੰਗਲੋ ਉੱਥੇ ਕੜੀਆਂ ਵਾਲੇ ਕੋਠੇ ਤੇ ਮਿੱਟੀ ਚੜਦੇ ਤਦੋਂ ਪਤਾ ਲੱਗ ਜਾਂਦਾ। ਉਹ ਬਸ ਬਸ, ਇੱਧਰ ਇੱਧਰ ਆ ਜਾਓ ਕੰਜਰੋ, ਇੱਧਰ ਕੀ ਮੂੰਹ ਚੱਕਿਆ, ਮੈਂ ਤਾਂ ਆਪ ਤੁਹਾਡੇ ਮਾਂਗਰ ਲੱਗ ਲਿਆ। ਤੂੰ ਤਾਂ ਕਹਿੰਦਾ ਸੀ ਬੰਗਲ ਹੈ, ਉਹ ਅੰਦਰ ਤਾਂ ਵੜ ਜਾ, ਬਾਰੀਓਂ ਦਿਖਿਆ ਮੈਂ ਤੈਨੂੰ ਬੰਗਲੇ। ਲੜੀ ਜੇ ਕੌਣ ਜਾਂਦਾ? ਸਿਆਲ ਨੀ ਆ ਰਹੀ ਯਾਰ, ਆਹ ਮੋਬਾਈਲ ਕਦੋਂ ਕੰਮ ਆਊ ਯਾਰ? ਇਹਨੂੰ ਜ਼ੂਮ ਕਰਕੇ ਦੇਖਣ ਦੇ ਯਾਰ। ਉਹ ਤੇਰੀ ਇਹ ਤਾਂ ਉਹੀ ਨੇ ਯਾਰ ਜਿਨ੍ਹਾਂ ਨੇ ਮੈਨੂੰ ਕੁੱਟਿਆ। ਇਹ ਸਾਡੇ ਪਿੰਡ ਚ ਕਿਵੇਂ ਆ ਗਏ? ਚੱਲ ਦੇਖੀ ਜਾਊ ਯਾਰ, ਸੌ ਤੁਰਿਆ ਫਿਰਦਾ ਯਾਰ। ਲੈ ਤੁਰ ਪੋ ਪੁੱਤਾ, ਯਾਰ ਤੇਥੋਂ ਕੁਛ ਹੁੰਦਾ ਕਰ ਲਾ, ਅਸੀਂ ਨਹੀਂ ਜਾਂਦੇ। ਇੱਕ ਵਾਰ ਅੰਦਰ ਜਾ ਕੇ ਤਾਂ ਦੇਖ ਲੋ। ਉਹ ਬਾਪੂ ਅਸੀਂ ਨਹੀਂ ਜਾਂਦੇ, ਇੱਥੋਂ ਹਿੱਲਦੇ ਹੀ ਨਹੀਂ ਇਸ ਤਰ੍ਹਾਂ ਯਾਰ। ਤੂੰ ਪਹਿਲਾਂ ਪੰਜੀ ਚੱਲ ਫਿਰ ਚੋਤਾ ਜਾਂਦੇ ਆ ਜਾਓ, ਦੇਖ ਲੋ ਕਿਰਾ ਬੰਦਿਆਂ ਜਾਂ ਨਹੀਂ ਆਏ ਤੁਸੀਂ ਵੀ ਅੰਦਰ। ਦੇਖੋ ਕੀ ਮਾੜਾ ਘਰ ਚ ਦੇਖ ਲੈ ਫਿਰ ਮੰਨਦਾ ਤੇਰੇ ਬਾਪੂ ਨੂੰ ਬੜੀ ਬੜਾ ਚੰਡ ਕਰਤਾ ਅਸੀਂ ਸਿਰਾ ਕਰਾਉਣਾ ਮੈਂ ਜਦ ਕਰਾਉਣਾ। ਕਿਉਂ ਬਾਈ ਬਾਪੂ ਘਰ ਘੁਰ ਤਾਂ ਐਨ ਵਧੀਆ, ਰੋਟੀਆਂ ਪਕਾ ਪਕਾ ਮੇਰੇ ਹੱਥ ਸੜ ਗਏ। ਮਾਰਨਾ ਜ਼ਰੂਰੀ ਹੁੰਦਾ? ਦੇਖ ਮੰਮੀ ਵਾਲੀ ਫੀਲਿੰਗ ਲਿਆ ਕਰੋ, ਠੀਕ ਹੈ?
ਘਰ ਚਾਹੀਦਾ ਵਿਆਹ ਵਾਸਤੇ, ਘਰ ਖਰੀਦ ਲੇਗਾ ਹੁਣ ਤੂੰ ਲੈ ਤਾਂ ਲਿਆ ਹੁਣ ਘਰ ਸਾਡਾ ਹੀ ਹੈ ਵੀ ਉਹ ਬੈਡਰੂਮ ਮੇਰਾ ਹੈ ਮੇਰੇ ਵਾਸਤੇ ਤਿਆਰ ਕਰਾਇਆ ਠੀਕ ਹੈ ਆਪਦਾ ਕਮਰਾ ਬਣਾ ਫਿਰ ਤੇ ਸੋਚੀ ਵਿਆਹ ਬਾਰੇ ਬਾਪੂ ਫਿਰ ਨਾਲ ਲੱਗਦਾ ਮੈਂ ਤਿਆਰ ਕਰਾ ਲਾ ਫਿਰ ਸਾਡਾ ਵੀ ਤਾਂ ਹਿੱਲਾ ਕਰਨਾ ਪਊਗਾ ਤੈਨੂੰ ਸਾਡੀ ਵੀ ਉਮਰ ਬਹੁਤ ਹੋ ਗਈ ਗੱਲ ਸੁਣ ਤੂੰ ਬਾਅਦ ਚ ਇੱਧਰ ਤੂੰ ਆਪਦਾ ਫੇਰ ਦੇਖ ਲਈ ਪਹਿਲਾਂ ਸਾਡਾ ਕਰ ਲਾ ਐਂਗਲ ਨੂੰ ਕਰਦਾ ਹਾੜੇ ਕੜਾ ਆ ਮੈਂ ਇਹਨਾਂ ਤਲਵਾਰਾਂ ਤੇ ਐਂਗਲ ਨੂੰ ਕਰਦਾ ਯਾਰ ਚੱਲ ਫਿਰ ਮੈਂ ਤੇਰੀ ਵੀ ਉਮਰ ਬਹੁਤ ਹੋ ਗਈ ਚੱਲ ਮੈਂ ਸੋਚਦਾ ਫਿਰ ਹੈ ਹੋਰ ਦੇਖ ਲੈ ਸਾਡਾ ਵੀ ਹੋ ਜੂ ਹਿੱਲਾ ਚੱਲ ਮੈਂ ਸੋਚਦਾ ਫਿਰ ਮੈਂ ਕਰਾਉਣਾ ਪਿਆ ਤੈਨੂੰ ਉਹ ਪਿੰਡ ਵੀ ਕਿਹਾ ਸੀ ਕਰਾ ਦੇ ਉੱਥੋਂ ਇੱਥੇ ਚੱਕ ਲਿਆ ਸਾਨੂੰ ਤਾਂ ਹੀ ਤਾਂ ਮੈਂ ਤੁਹਾਨੂੰ ਉਰੇ ਲਿਆ ਵੀ ਚੱਲ ਉਰੇ ਬਣ ਜੂਗਾ ਉਸ ਤਾਂ ਆਪਣੇ ਬਾਰੇ ਸਾਰੇ ਪਿੰਡ 'ਚ ਜਾਣਦੇ ਤੇ ਵੀ ਕਿੰਨੇ ਕੁ ਸ਼ਾਹੂਕਾਰ ਨੇ ਕਿੰਨੇ ਕੁ ਪਿੰਡ 'ਚ ਚੜ੍ਹਾਈ ਹੈ ਨਾ ਹੋਰ ਤੂੰ ਸਾਡਾ ਸੋਚ ਹੁਣ ਆਪਦਾ ਭੁੱਲ ਜਾ ਤੂੰ ਤੇਰੀ ਤਾਂ ਹੁਣ ਲੱਤਾਂ ਕਬਰਾਂ 'ਚ ਹੈਗੀਆਂ ਚਲੋ ਕੋਈ ਨਾ ਫਿਰ ਸੋਚਦੇ ਉਰੇ ਤਾਂ ਨਾਲੇ ਆਪਾਂ ਨੂੰ ਐਂ ਹੋ ਜੂਗੀ ਤਾਂ ਮੁੰਡੇ ਬਾਹਰੋਂ ਆਏ ਨੇ ਟ੍ਰੇਨ 'ਚ ਉਤਰੇ ਤੇ ਵੀ ਕਿੰਨੇ ਕੁ ਪੈਸੇ ਲਏ ਹੋਣੇ ਹੋਰ ਉੱਥੇ ਤਾਂ ਆਪਾਂ ਨੂੰ ਪਤੀ ਦੀ ਪਿੰਡ 'ਚ ਵੀ ਮੁੰਡੇ ਬਹੁਤ ਸ਼ਾਹੂਕਾਰ ਨੇ ਚੱਲ ਕਰਾਉਣਾ ਮੈਂ ਅੱਜ ਕਰਦਾ ਮੈਂ ਕਿਸੇ ਨੂੰ ਲੱਭ ਵਿਚੋਲਾ ਕੋਈ ਹੁਣ ਵਿਚੋਲੇ ਤਾਂ ਬਥੇਰੇ ਨੇ ਪੁੱਤ ਤੁਸੀਂ ਕਮਾਈ ਕਰਿਆ ਕਰੋ ਵਾਧੂ ਪਹਿਲਾਂ ਚੰਗਾ ਭਲਾ ਆਇਆ ਸੀ ਵਿਚੋਲਾ ਉਦੋਂ ਕਰ ਲੈਂਦਾ ਤਾਂ ਵਧੀਆ ਸੀਗਾ ਕੋਈ ਗੱਲ ਲੈ ਕਰੀਏ ਜਵਾਕਾਂ ਵਾਲਾ ਵੀ ਹੱਲ ਕੋਈ ਇੱਕ ਨੰਬਰ ਜਿਹਾ ਦੀ ਯਾਰ ਵਿਚੋਲੇ ਦਾ ਪਤਾ ਨਹੀਂ ਕਿੱਧਰ ਲੰਘ ਗਿਆ ਮਿਲ ਗਿਆ ਹੈਲੋ ਉਹ ਮੈਂ ਬੋਲਦਾ ਜੀ ਭਾਈ ਗੋਬਿੰਦਗੜ੍ਹ ਤੋਂ ਹਾਂ ਹਾਂ ਤੈਨੂੰ ਦੱਸਿਆ ਜੀ ਮੈਂ ਹਾਂ ਮੇਰੇ ਮੁੰਡੇ ਦਾ ਰਿਸ਼ਤਾ ਜਿਹਾ ਕਰਾਉਣਾ ਹੈਗਾ ਠੀਕ ਹੈ ਕਦੋਂ ਤੱਕ ਆ ਜਾਓਗੇ ਤੁਸੀਂ ਚਲ ਆ ਜਾਇਓ ਫਿਰ ਮੈਂ ਕਰੀ ਹੋਊਂਗਾ ਠੀਕ ਹੈ ਜੀ ਚੰਗਾ ਭਾਈ ਧੰਨਵਾਦ ਆਹ ਕਿਹੜਾ ਹੁੰਦਾ ਯਾਰ ਬੰਦਰ ਆ ਦੇਖਿਆ ਲੱਗਦਾ ਕੰਜਰ ਨੇ ਯਾਰ ਸਿਰੇ ਤੇ ਅੱਛਾ ਕਾਂਡ ਹੋ ਗਿਆ ਨਾਲ ਉੱਥੇ ਕਿਵੇਂ ਉਹ ਨੀ ਹੈਗੀ ਜੋ ਰਣਜੀਤ ਕੌਰ ਹਾਂ ਟਿਕਟੋਕ ਵਾਲੀ ਹਾਂ ਹਾਂ ਉਹੀ ਹਾਂ ਹਾਂ ਉਹਦੇ ਨਾਲ ਪਾਤੀ ਉਹਨੇ ਵੀਡੀਓ ਉਹਦੇ ਬੁੜੇ ਨੇ ਕਿ ਮੁੰਡਿਆਂ ਨੇ ਕੌਣ ਬੁੜੇ ਨੇ ਮੁੰਡੇ ਤਾਂ ਠੀਕ ਨੇ ਅੱਛਾ ਮੁੰਡੇ ਨੇ ਬੁੜਾ ਤਾਂ ਬੜਾ ਕੰਜਰ ਆ ਬੁੜਾ ਹੀ ਕੰਜਰ ਆ ਉਹਨਾਂ ਦਾ ਉਹ ਮੈਨੂੰ ਤਾਂ ਆਪ ਯਾਰ ਪਤੀ ਨਹੀਂ ਲੱਗਿਆ ਉਹਦੇ ਵੀਡੀਓ ਪਾ ਦਿੱਤੀ ਭਾਈ ਉਹਨੇ ਕੀ ਹੋਇਆ ਤੇ ਉਹ ਆ ਗਈ ਘਰੇ ਅੱਛਾ ਗੰਦ ਗੁੰਦ ਬੋਲਤਾ ਉਹਨੇ ਬੁੜੇ ਨੇ ਤੈਨੂੰ ਪਤਾ ਲੱਗਾ ਫਿਰ ਕਿਹਾ ਜਾ ਕੰਜਰ ਆ ਬੁੜਾ ਫਰਕ ਹੀ ਆ ਪੂਰਾ ਉਹ ਆ ਗਈ ਭਾਈ ਉੱਥੇ ਫਿਰ ਕੀ ਚੰਗੇ ਫੈਂਟੇ ਫਿਰ ਉਹ ਬੁੜੇ ਤਾਂ ਲੱਗਣੀ ਸੀ ਪਿੰਡ ਚੋਂ ਕਢਾਤੇ ਫਿਰ ਉਹ ਕਢਾਤੇ ਪਿੰਡ ਵਧੀਆ ਕਰਿਆ ਹੋਰ ਹੁਣ ਉਰੇ ਆ ਕੇ ਮੈਂ ਲਾਉਰੋਂ ਵੀ ਅਸੀਂ ਭੱਜਣਗੇ ਉਹ ਹਾਂ ਉਰੇ ਵੀ ਕੁੱਟ ਕੱਟ ਖਾ ਕੇ ਜਾਣਗੇ ਉਹ ਉਹ ਬੜਾ ਹੈਗਾ ਉਹਨਾਂ ਦਾ ਬੜਾ ਠਰਕੀ ਚੱਲ ਫਿਰ ਠੀਕ ਹੈ ਬਚ ਕੇ ਰਹੀ ਹੁਣ ਨਾ ਕਦੇ ਰਿਸ਼ਤਾ ਰੁਸ਼ਤਾ ਨਾ 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 ਮੈਂ ਨਹੀਂ ਕਰਾਉਂਦਾ ਹੈਗਾ ਨਾ ਮੁੰਡਿਆਂ ਦਾ ਤਾਂ ਹੁੰਦਾ ਨਹੀਂ ਆਪਦਾ ਬਿਨਾ ਪਹਿਲਾਂ ਜਵਾਕਾਂ ਦਾ ਹੋ ਜਾਏਗਾ ਜਵਾਕਾਂ ਦਾ ਹੋ ਜਾਏ ਵਧੀਆ ਹੁੰਦਾ ਆਪਾਂ ਕਰਾ ਦਿੰਦੇ ਜਵਾਕਾਂ ਦਾ ਤਾਂ ਵਿਚਾਲੇ ਅੜ ਗਿਆ ਤਾਂ ਵਿੱਚ ਅੜਦਾ ਮੇਰਾ ਘਰੋਂ ਕਹਿੰਦਾ ਪਹਿਲਾਂ ਹਾਂ ਵੀ ਹੁਣ ਤੇਰੇ ਸੇਵਾ ਜਾਣ ਦਾ ਟਾਈਮ ਆ ਰਿਹਾ ਉਹੀ ਤਾਂ ਗੱਲ ਆ ਕਹਿੰਦਾ ਮੇਰਾ ਭਾਲ ਦਾ ਡੋਲੇ ਡੋਲੇ ਚੱਲ ਠੀਕ ਹੈ ਮੈਂ ਚੱਲਦਾ ਯਾਰ ਓਕੇ 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 ਠੀਕ ਹੈ ਬਾਈ ਦੋ ਤਿੰਨ ਪਿੱਛੇ ਲਾ ਕੇ ਜਵਾਨ ਪਿਆ ਜਵਾਕ ਨੇ ਹਲੇ ਫਿਰ ਹੁਣ ਕੀ ਕਰੀਏ ਚੱਲ ਕੋਈ ਨਾ ਦੇਖਦੇ ਆ ਇਹਨਾਂ ਦਾ ਦੇਖਾ ਜੇ ਕੀਤਾ ਫਿਰ ਦੇਖਾਂਗੇ ਆਪਣਾ ਤਾਂ ਵੱਧ ਚੱਲ ਚਲੋ ਦੇਖਦੇ ਆਪਾਂ ਹਾਂ ਬਹਿ ਜਾਓ ਅੱਜ ਪਾਣੀ ਪੁਣੀ ਲੈ ਕੇ
ਨਾਲੇ ਉਹਨੂੰ ਕਰਾ ਦੂਜੇ ਨੂੰ ਕਿੱਥੇ ਇਹਦਾ ਰਿਸ਼ਤਾ ਕਰਾਉਣਾ ਹੈ ਹਾਂ ਜੀ ਹਾਂ ਤਾਂ ਹੀ ਸਤਿ ਸ਼੍ਰੀ ਅਕਾਲ ਪੈਰਾਂ 'ਚ ਮਾਰੀ ਇਹ ਮਿੰਟ ਮੰਗਦੇ ਨੇ ਸੰਸਕਾਰ ਵਾਲੇ ਵਧੀਆ ਦਿੱਤੇ ਨੇ ਹਨਾ ਉਹ ਫਿਰ ਐਂ ਆ ਅਸੀਂ ਪਾਲੇ ਨੇ ਜਿਹੇ ਜਾਂ ਮੈਂ ਉਹੀ ਜਿਹੇ ਨੇ ਚਲੋ ਕੋਈ ਨਾ ਜੀ ਦੇਖਦੇ ਹਾਂ ਫਿਰ ਕੋਈ ਨਹੀਂ ਹਾਂ ਜੀ ਹਾਂ ਉਹ ਲਿਆ ਪਾਣੀ ਲਿਆ ਕਰ ਆਊਟ ਕਰ ਉਹ ਸਰਨੇ ਆ ਉਹ ਉਹ ਆਪਣਾ ਬਚੋਲ ਲਾ ਰਿਹਾ ਹੈ ਹਾਂ ਹੈ ਉਹ ਹੋ ਰਿਹਾ ਬਾਪੂ ਪਹਿਲਾਂ ਰਿਹਾ ਕਰ ਤੂੰ ਚਲੋ ਵਧੀਆ ਜੀ ਆਹ ਵੱਡਾ ਮੁੰਡਾ ਜੀ ਅੱਛਾ ਵੱਡਾ ਜੀ ਉਹ ਛੋਟਾ ਜੀ ਅਸੀਂ ਛੋਟਾ ਜੀ ਪੇਟ ਕਰੋੜੀ ਦੇ ਵੈਸੇ ਤੁਸੀਂ ਸਾਰਾ ਛੋਟੇ ਲੱਗਦੇ ਖੁਰਾਕਾਂ ਖੁਰਕਾਂ ਤਾਕੜੀਆਂ ਖਾਧੀਆਂ ਹੋਈਆਂ ਪਹਿਲਾਂ ਗੱਡੀ ਗੁੱਡੀ ਦਵਾ ਦਾਂਗੇ ਮੁੰਡੇ ਨੂੰ ਆਪਾਂ ਉਹ ਛੋਟੀ ਇੱਛਾ ਜੀ ਕੁੜੀ ਗੁਣਕਾਰੀ ਕਰ ਲਿਆ ਠੀਕ ਆ ਜੀ ਕੁੜੀ ਹੈਗੀ ਆ ਨਿਗਾਹ ਚ ਪਰ ਕੁੜੀ ਦਾ ਥੋੜਾ ਜਿਹਾ ਰੰਗ ਪੱਕਾ ਜੀ ਉਮਰ ਹੋਈ ਜਾਂਦੀ ਕਰਾ ਦੀ ਪਹਿਲਾਂ ਦੇਖ ਲੋ ਸਲਾਹ ਕਰ ਲੋ ਦੋਨਾਂ ਦੀ ਕਰਾ ਦਾਂਗੇ ਚੱਲ ਠੀਕ ਆ ਪੁੱਤ ਫਿਰ ਮਿਲਾਂਗੇ ਬਾਪੂ ਹੁਣ ਕਹਿ ਤਾਂ ਦਿੱਤਾ ਮੈਂ ਤੇਰੇ ਸਾਹਮਣੇ ਚੌਕੀ ਹੋ ਗਿਆ ਪੂਰਾ ਨਾਮ ਬੋਲਦਾ ਨਾਮ ਬੋਲਦਾ ਨਾਲੇ ਪਿੰਡ ਜਾ ਕੇ ਤੇਰੇ ਜੂਤ ਫੇਰ ਕੇ ਗਈ ਉਹ ਤਾਂ ਲੋਕ ਕਹਿੰਦੇ ਭਈ ਉਰੇ ਰਣਜੀਤ ਕੌਰ ਨਾਲ ਤੇਰਾ ਰਿਸ਼ਤਾ ਕਰਾ ਦੇਣਾ ਮੈਂ ਤਾਂ ਘਰੇ ਆ ਗਿਆ ਮੈਂ ਨਹੀਂ ਕਹਿੰਦਾ ਧੱਕੇ ਵਾਲੀ ਕੀ ਗੱਲ ਹੈ ਇਸੇ ਗੱਲ ਦਾ ਧੱਕਾ ਮੈਂ ਸਹੀ ਗੱਲ ਦੱਸਾਂ ਲੋਕ ਨਹੀਂ ਕੰਜਰ ਦੀ ਤੂੰ ਕੰਜਰ ਦੀ
ਜਲੂਸ ਕਢਾਇਆ ਤਾਂ ਸਾਡਾ ਤੁਸੀਂ ਫਿਰ ਕੰਜਰ ਦੇ ਅੱਗੇ ਕੰਜਰੀ ਆਹੋ ਕੰਜਰ ਦੇ ਅੱਗੇ ਕੰਜਰ ਅੱਜ ਦਾ ਕੰਮ ਤੇ ਵਾਗੀ ਸਾਨੂੰ ਕੀ ਪਤਾ ਪਿੱਛੋਂ ਇਹ ਲੱਛਣ ਕਰਦਾ ਇਹ ਜੇ ਜਲੂਸ ਕਢਾਏਗਾ ਤੂੰ ਇਹ ਜੇ ਫੁੱਲ ਬੂਟਿਆਂ ਉਗਾਏਗਾ ਤੂੰ ਤੁਹਾਨੂੰ ਤਾਂ ਘਰ ਲੈ ਕੇ ਦਿੱਤਾ ਸਾਡੇ ਤਾਂ ਪਾਦੇ ਫੁੱਲ ਤਾਂ ਸਾਡਾ ਘਰ ਕੀ ਕਰੂਗਾ ਸਾਡੀ ਇੱਜ਼ਤ ਤਾਂ ਹੈ ਨਹੀਂ ਬਾਹਰ ਨੀਤੂ ਮੰਗੀਏ ਮੇਰੀ ਮੈਂ ਵੀ ਆ ਕੇ ਲੈ ਜਾਣੀ ਬੇਬੇ ਚੜ